ਸੋ গুড মর্নিং एवरीवन ਸੋ ਟੂਡੇ ਅ ਅਰ ਨੈਕਸਟ ਟਾਪਿਕ ਇਜ਼ ਵੈਬ ਪਬਲਿਸ਼ਿੰਗ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਵੀ ਹੁਣ ਜਿਹੜੀ ਵੈਬਸਾਈਟ ਦੇ ਆਪਾਂ ਬਣਾ ਰਹੇ ਹੈਗੇ ਆ ਉਹਨੂੰ ਪਬਲਿਸ਼ ਕਰਨਾ ਹੈ ਨਾ ਵੀ ਤਾਂ ਕਿ ਸਾਰੇ ਆਪਣੇ ਯੂਜ਼ਰਸ ਉਸ ਵੈਬਸਾਈਟ ਨੂੰ ਦੇਖ ਸਕਣ ਤੇ ਜਿਹੜੀ ਇਹ ਸਾਈਟ ਆਪਾਂ ਪਬਲਿਸ਼ ਕਰਨੀ ਹੈਗੀ ਆ ਉਹਦੇ ਵੇ ਉਹਦਾ ਜਿਹੜਾ ਹੈਗਾ ਵੀ ਉਹਦੇ ਪ੍ਰੋਸੈਸ ਕੀ ਹੈਗਾ ਸੋ ਟੂ ਪਬਲਿਕ ਸ਼ੇਅਰ ਵੈਬਸਾਈਟ ਪੁੱਟ ਦ ਕਾਪੀ ਆਫ ਇਟਸ ਡਾਕੂਮੈਂਟ ਔਨ ਦ ਸਰਵਰ ਜੇ ਜਿਹੜੀ ਵੀ ਵੈਬਸਾਈਟ ਬਣਾਨੀ ਹੈਗੇ ਉਹਦੀ ਜਿਹੜੀ ਡਾਕੂਮੈਂਟ ਹੈਗਾ ਸਰਵਰ ਤੇ ਪਾ ਦੋ ਦ ਸਰਵਰ ਦੈਨ ਸਟੋਰਸ ਇਟਸ ਡਾਕੂਮੈਂਟਸ ਐਂਡ ਮੇਕਸ ਥੈਮ ਅਵੇਲੇਬਲ ਟੂ ਵੈਬਸਾਈਟ ਵਿਜ਼ਿਟਰਸ ਮੇਰੀ ਇੱਕ ਵਾਰ ਪਾਤੀ ਵੈਬਸਾਈਟ ਦਾ ਜਿਹੜਾ ਵੀ ਵਿਜ਼ਿਟਰ ਹੈਗਾ ਜਿਹੜਾ ਵੀ ਉਹ ਅਗਰ yahoo.com ਕਰਦੇ ਆ ਤਾਂ ਉਹ ਪਹਿਲਾਂ ਸਾਰੇ ਪੇजेस ਪਏ ਹੋਏ ਨੇ ਨਾ ਵੈਬਸਾਈਟ ਸਰਵਰ ਤੇ ਹੈਗੀ ਹੈ ਤਾਂ ਸਾਰੇ ਵਿਊ ਕਰ ਸਕਦੇ ਆ ਆਪਾਂ ਤਾਂ ਇਹਦੇ ਵਿੱਚ ਆਪਾਂ ਨੂੰ ਇੱਕ ਤਾਂ http ਸਰਵਰ ਦਾ ਐਡਰੈਸ ਪਤਾ ਹੋਣਾ ਚਾਹੀਦਾ ਹੈਗਾ ਹੁਣ ਉਹ ਐਡਰੈਸ ਜਿਹੜਾ http ਸਰਵਰ ਦਾ ਹੈਗਾ ਸੋ ਥੈਟ ਫਰਮ ਫੋਲਡਰ ਇਨ ਥੈਟ ਸਰਵਰ ਕੈਨ ਬੀ ਐਕਸੈਸਡ ਤੇ ਉਹਦੇ ਵਿੱਚ ਜਿਹੜੀਆਂ ਫਾਈਲਸ ਹੁੰਦੀਆਂ ਨੇ ਉਹ ਫੋਲਡਰਸ ਚੁੰਦੀਆਂ ਨੇ ਸਾਰੇ ਸਾਰੇ ਪੇजेस ਵਗੈਰਾ ਤੇ ਉਹ ਸਾਰਾ ਆਪਾਂ ਇਸ ਤਰ੍ਹਾਂ ਵਿਊ ਕਰ ਸਕਦੇ ਹਾਂਗੇ ਸਾਰੇ ਪੇਜੀ ਸਾਰੀਆਂ ਫੋਟੋਸ ਕੋਈ ਵੀਡੀਓ ਹੈ ਤਾਂ ਵੀਡੀਓ ਵੀ ਉਹਦੇ ਦੇ ਵਿਊ ਕਰ ਰਹੇ ਆ ਉਹਦੇ ਵੀ ਫੋਲਡਰ ਬਨੇ ਹੋਏ ਨੇ FTP ਸਰਵਰ ਦੇ ਵਿੱਚ ਜਿਹੜੀਆਂ ਫਾਈਲਸ ਨੇ ਉਹ ਯਾਨੀ FTP ਹੁੰਦਾ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਸਰਵਰ ਤਾਂ ਉਹਦੇ ਸਿਰਫ ਫਾਈਲ ਟ੍ਰਾਂਸਫਰ ਹੁੰਦੀਆਂ ਨਹੀਂ ਤੋਂ ਸਾਰੀਆਂ ਫਾਈਲਸ ਸਟੋਰ ਹੁੰਦੀਆਂ ਨੇ ਸਰਵਰ ਤੇ ਤੇ ਇਹਦੇ ਵਾਸਤੇ ਆਪਾਂ ਨੂੰ ਇੱਕ ਯੂਜ਼ਰ ਆਈਡੀ ਤੇ ਪਾਸਵਰਡ ਜਿਹੜਾ ਹੈਗਾ ਉਹ ਚਾਹੀਦਾ ਹੈਗਾ ਅਪਲੋਡ ਕਰਨ ਵਾਸਤੇ ਫਾਈਲਸ ਤਾਂ ਜੇ ਇਹ ਟ੍ਰਾਂਸਫਰ ਯੂਅਰ ਵੈਬ ਪੇजेस ਟੂ ਵੈਬ ਸਰਵਰ ਯੂਅਰ ਫਾਈਲ ਸਿਸਟਮ ਸ਼ੁੱਡ ਹੈਵ ਫਾਈਲ ਐਫ ਟੀ ਪੀ ਵਿਚ ਇਜ਼ ਸਟੈਂਡਰਡ ਫਾਈਲ ਟ੍ਰਾਂਸਫਰ ਸੌਫਟਵੇਅਰ ਯੂਜ਼ਡ ਟੂ ਸੈਂਡ ਦ ਫਾਈਲਸ ਟੂ ਦ ਵੈਬ ਸਰਵਰ ਨੇਚਰਲੀ ਇੱਕ ਸੌਫਟਵੇਅਰ ਹੁੰਦਾ ਹੈਗਾ ਫਾਈਲ ਟ੍ਰਾਂਸਫਰ ਦਾ ਤੇ ਉਹਦੇ ਨਾਲ ਤੁਸੀਂ ਆਪਣੀ ਫਾਈਲਸ ਅਪਲੋਡ ਕਰ ਸਕਦੇ ਹੋ ਥਿਸ ਇਜ਼ ਕਾਲਡ ਫਾਈਲਡ ਅਪਲੋਡਿੰਗ ਤਾਂ ਉਸ ਤੋਂ ਬਾਅਦ ਜਿਹੜੀਆਂ ਫਾਲੋਇੰਗ ਹੈ ਕੀ-ਕੀ ਚੀਜ਼ਾਂ ਚਾਹੀਦੀਆਂ ਨੇ ਯੂਜ਼ਰ ਆਈਡੀ ਚਾਹੀਦਾ ਹੈ ਪਾਸਵਰਡ ਚਾਹੀਦਾ ਹੈਗਾ ਐਫਟੀਪੀ ਐਡਰੈਸ ਹੋਣਾ ਚਾਹੀਦਾ ਹੈ ਫੋਲਡਰ ਦਾ ਨਾਮ ਜਿੱਥੇ ਉਹ ਪੇਜ ਐਗਜ਼ਿਸਟ ਕਰਦਾ ਪਲੇਸ ਹੋਇਆ ਹੋਇਆ ਹੈਗਾ ਦ ਵੈਬ ਪੇजेस ਦੈਟ ਮੇ ਬੀ ਕਾਲ ਇੰਟਰਐਕਟਿਵ অর ਆਨਲਾਈਨ ਪੇजेस ਆਰ ਕ੍ਰੀਏਟਿਡ ਬਾਈ ਯੂਜ਼ਿੰਗ ਸਿਸਟਮ ਆਫ ਕੋਡਸ ਦੈਟ ਇਜ਼ ਰਿਟਨ ਇਨ ਮੋਸਟ ਕਾਮਨ ਲੈਂਗੁਏਜ ਜਿਹੜੀ ਕਿਹੜੀ ਹੈ ਉਹ ਮੋਸਟ ਕਾਮਨ ਲੈਂਗੁਏਜ ਐਚਟੀਐਮਐਲ ਐਚਟੀਐਮਐਲ ਦੇ ਵਿੱਚ ਹੀ ਤੁਹਾਡੀਆਂ ਸਾਰੇ ਵੈਬ ਪੇਜ ਹੁੰਦੇ ਨੇ ਹੁਣ ਅੱਗੇ ਆਪਾਂ ਦੇਖਦੇ ਹਾਂ ਵੀ ਇਹ ਦਾ ਪ੍ਰੋਸੈਸ ਕੀ ਹੈ ਵੈਬ ਪਬਲਿਸ਼ਿੰਗ ਦਾ ਸਭ ਤੋਂ ਪਹਿਲਾਂ ਆਪਾਂ ਨੇ ਪਲਾਨ ਪਲਾਨ ਕਰਨਾ ਹੈਗਾ ਨਾ ਸਾਰੀ ਪਲੈਨਿੰਗ ਹੋਣੀ ਚਾਹੀਦੀ ਹੈ ਬਿਫੋਰ ਯੂ ਸਟਾਰਟ ਪ੍ਰੋਡਿਊਸਿੰਗ ਅ ਵੈਬਸਾਈਟ ਯੂ ਨੀਡ ਟੂ ਡੂ ਸਮ ਪਲੈਨਿੰਗ ਵਾਟ ਯੂ ਆਰ ਵਿਸਟਰ ਅਸੈਪਟ ਟੂ ਐਟ ਯੋਰ ਸਾਈਟ ਹੁਣ ਜਿਹੜਾ ਵੀ ਵਿਜ਼ਿਟਰ ਤੁਹਾਡੀ ਸਾਈਟ ਵਿਊ ਕਰਨਾ ਹੈਗਾ ਉਹਨੇ ਕਿਸ ਪੁਆਇੰਟ ਆਫ ਵਿਊ ਨਾਲ ਵਿਊ ਕਰਨਾ ਹੈ ਕੀ ਕੀ ਤੁਸੀਂ ਉਸ ਸਾਈਟ ਤੇ ਪ੍ਰੋਵਾਈਡ ਕਰਨਾ ਜਿਵੇਂ ਕਿ ਕਿ ਕਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਅਗਰ ਕੋਮਪਨੀ ਦੀ ਕਿਸੇ ਬਣਾ ਰਹੇ ਹੋ ਹੋ ਸਕਦਾ ਹੈ ਨੈਚੁਰਲੀ ਯੂਜ਼ਰ ਤਾਂ ਉਹਦੇ ਪ੍ਰੋਡਕਟਸ ਵਿਊ ਕਰੂਗਾ ਪ੍ਰਾਈਸ ਸਾਰੀ ਉਸ ਦੀ ਪ੍ਰੋਡਕਟ ਦੀ ਸਪੈਸੀਫਿਕੇਸ਼ਨ ਕਾਸਟ ਵਗੈਰਾ ਯਾ EMPLOYEES ਦੀ ਡਿਟੇਲਸ ਉਹਨਾਂ ਦੇ ਸਕਿਲਸ ਵਗੈਰਾ ਮਾਰਕੀਟਿੰਗ ਮਟੀਰੀਅਲ ਇਹ ਸਾਰਾ ਵਿਊ ਕਰੇਗਾ ਆਰਗੇਨਾਈਜੇਸ਼ਨ ਦੇ ਵਿੱਚ ਜਦ ਆਪਾਂ ਆਫਟਰ ਪਲੈਨਿੰਗ ਵਾਟ ਇਨਫੋਰਮੇਸ਼ਨ ਟੂ ਇਨਕਲੂਡ ਇਨ ਯਰ ਸਾਈਟ ਫਿਰ ਆਪਾਂ ਡਿਸਾਈਡ ਕਰਦੇ ਹਾਂਗੇ ਆ ਵੀ ਵੈਬ ਪੇਜ ਜਿਹੜਾ ਹੈਗਾ ਉਹ ਕਿਵੇਂ ਅਰੇਂਜ ਕਰਨੇ ਨੇ ਹੁਣ ਉਹ ਵੈਬ ਪੇਜ ਜਿਹੜੇ ਨੇ ਇਹ ਆਰਟੀਕਲ ਵੀ ਅਰੇਂਜ ਹੋ ਸਕਦੇ ਨੇ ਲੀਨੀਅਰ ਆਰਗੇਨਾਈਜੇਸ਼ਨ ਤੇ ਵੈਬਡ ਆਰਗੇਨਾਈਜੇਸ਼ਨ ਹਾਇਰਾਰਕਲ ਦਾ ਮਤਲਬ ਹੁੰਦਾ ਹੈਗਾ ਵੀ ਦੇਖੋ نیچے ਇਹਦੇ ਵਿੱਚ ਡਾਇਗਰਾਮ ਦਿੱਤਾ ਹੋਇਆ ਹੈਗਾ ਹੋਮ ਪੇਜ ਹੋਮ ਪੇਜ ਦੇ ਵਿੱਚ ਸਾਰੀਆਂ ਦੱਸਿਆ ਹੁੰਦਾ ਹੈਗਾ ਵੀ ਆਪਾਂ ਨੇ ਉਹਦੇ ਵਿੱਚ ਸਕ੍ਰਿਪਟ ਉਹਦੇ ਵਿੱਚ ਲਿਖਿਆ ਵੀ ਹੁੰਦਾ ਟੈਕਸਟ ਵੀ ਲਿਖਿਆ ਹੁੰਦਾ ਇਮੇਜਸ ਵੀ ਹੁੰਦੀਆਂ ਨੇ ਤਾਂ ਉਹ ਅੱਗੇ ਦੇਖੋ ਫੋਲਡਰਸ ਬਣ ਜਾਂਦੇ ਨੇ ਇਮੇਜਸ ਸਕ੍ਰਿਪਟ ਤੇ ਸਟਾਈਲ ਸ਼ੀਟਸ ਹੁਣ ਇਹ ਵਾਲੇ ਫੋਲਡਰਸ ਅੱਗੇ ਬਣ ਕੇ ਉਹਨੂੰ ਅੱਗੇ ਜਿਹੜੇ ਇਮੇਜਸ ਹੈਗੇ ਨੇ ਉਹਦੇ ਵਿੱਚ ਅੱਗੇ ਫੋਲਡਰਸ ਬਣ ਗਏ ਇਮੇਜ ਮੈਪ ਦਾ ਬਣ ਗਿਆ ਇਮੇਜ ਲਿੰਕ ਦਾ ਬਣ ਗਿਆ ਇਮੇਜ ਫਾਰਮੈਟ ਹੁਣ ਉਸ ਤੋਂ ਬਾਅਦ ਆ ਗਿਆ ਤੁਹਾਡੇ ਸਟਾਈਲ ਸ਼ੀਟਸ ਸਟਾਈਲ ਸ਼ੀਟਸ ਦੇ ਵਿੱਚ ਲਿੰਕ ਇਨ ਲਾਈਨ ਔਰ ਇੰਬੈਡਿੰਗ ਜੇਰੀ ਕੁਝ ਹੋਣੀ ਹੈ ਗਿਆ ਉਹ ਇਸ ਤਰ੍ਹਾਂ ਤੁਹਾਡਾ ਇਹ ਹੋ ਗਿਆ ਹਾਇਰਾਰਕਲ ਆਰਗੇਨਾਈਜੇਸ਼ਨ ਹੁਣ ਆ ਗਿਆ ਲੀਨੀਅਰ ਲੀਨੀਅਰ ਦੇ ਵਿੱਚ ਇਹ ਹੁੰਦਾ ਜਿਵੇਂ ਹੋਮ ਪੇਜ ਤੁਸੀਂ ਇਮੇਜਸ ਤੇ ਕਲਿੱਕ ਕੀਤਾ ਇਮੇਜਸ ਤੋਂ ਇਮੇਜ ਮੈਪ ਤੇ ਇਮੇਜ ਲਿੰਕ ਤੇ ਫਿਰ ਇਮੇਜ ਫਾਰਮੈਟ ਤੇ ਤੁਸੀਂ ਜੰਪ ਨਹੀਂ ਕਰ ਸਕਦੇ ਡਾਇਰੈਕਟਲੀ ਹੋਮ ਪੇਜ ਤੋਂ ਤੁਸੀਂ ਇਮੇਜ ਮੈਪ ਤੇ ਜਾਂ ਡਾਇਰੈਕਟਲੀ ਇਮੇਜ ਫਾਰਮੈਟ ਤੇ ਨਹੀਂ ਜਾ ਸਕਦੇ ਇਹ ਰੋ ਇਸ ਤਰ੍ਹਾਂ ਦੀ ਹੈ ਵੀ ਪਹਿਲਾਂ ਇਮੇਜਿਸ ਤੇ ਜਾਉਂਗੇ ਫੇਰ ਹੀ ਇਮੇਜ ਮੈਪ ਤੇ ਜਾਉਂਗੇ ਤੀਜਾ ਹੈਗਾ ਵੈਬਡ ਆਰਗੇਨਾਈਜੇਸ਼ਨ ਜਿਹਦੇ ਵਿੱਚ ਤੁਹਾਡੇ ਮਤਲਬ ਕਿ ਇਮੇ ਮਿਕਸਡ ਇਟ ਇਜ਼ ਦਾ ਵਿਜ਼ਟਰ ਇਸ ਪ੍ਰੋਵਾਈਡਡ ਵਿਦ ਮਲਟੀਪਲ ਐਂਡ ਅਨਾਰਗੇਨਾਈਜ਼ਡ ਪਾਥਸ ਸੋ ਬੀਟਵੀਨ ਦਾ ਵੈਬ ਪੇजेस ਤੇ ਤੁਸੀਂ ਇਹਦੇ ਵਿੱਚ ਡਾਇਰੈਕਟਲੀ ਜਿਹੜੇ ਮਰਜ਼ੀ ਫੋਲਡਰ ਤੋਂ ਜਿਹੜੇ ਮਰਜ਼ੀ ਫੋਲਡਰਸ ਚ ਜੰਪ ਕਰ ਸਕਦੇ ਹੋ ਜਿਵੇਂ ਹੋਮ ਪੇਜ ਦੇ ਵਿੱਚ ਨੀਚੇ ਸੀਗੇ ਇਮੇਜ ਸਕ੍ਰਿਪਟ ਤੇ ਸਟਾਈਲ ਸ਼ੀਟਸ ਉਹਦੇ ਨੀਚੇ ਅਲੱਗ-ਅਲੱਗ ਬਨੇ ਹੋ ਸੀ ਹੁਣ ਦੇਖੋ ਇਮੇਜ ਮੈਂ ਆਪ ਇਮੇਜ ਲਿੰਕ ਤੇ ਇਮੇਜ ਫਾਰਮੈਟ ਦਾ ਅਗੇ ਇਸ ਦਾ ਇੱਕ ਹੈ ਲਿੰਕ that is image link ਇੱਕ ਫੋਲਡਰ ਬਣ ਗਿਆ ਅੱਗੇ ਹੈਗਾ ਟੈਸਟਿੰਗ ਹੁਣ ਆਪਾਂ ਵੈਬ ਪੇजेस ਨੂੰ ਟੈਸਟ ਕਰ ਸਕਦੇ ਹੈਗੇ ਆ ਟੈਸਟ ਕਰਕੇ ਵੀ ਸਾਰਾ ਪ੍ਰੋਪਰਲੀ ਆਪਣਾ ਵੈਬਸਾਈਟ ਜਿਹੜਾ ਹੈਗਾ ਵਰਕ ਕਰ ਰਿਹਾ ਅੱਗੇ ਹੁਣ ਕੁਝ ਦਿਨ ਲਈ ਚੱਲ ਗਿਆ ਕੁਝ ਮਹੀਨਿਆਂ ਲਈ ਚੱਲ ਗਿਆ ਅਗਰ ਕੋਈ ਪ੍ਰੋਬਲਮ ਆਂਦੀ ਹੈ ਉਹਦੇ ਵਿੱਚ ਤਾਂ ਉਹਨੂੰ ਅੱਗੇ ਕੀ ਕਰਨਾ ਆਪਾਂ ਮੇਨਟੇਨ ਕਰਨਾ ਮੇਨਟੇਨ ਦੇ ਵਿੱਚ ਆਪਾਂ ਨਵੇਂ ਪੇਜੀਸ ਐਡ ਕਰ ਸਕਦੇ ਹਾਂ ਪੁਰਾਣੇ ਪੇਜੀਸ ਡਿਲੀਟ ਕਰ ਸਕਦੇ ਹਾਂਗੇ ਆ ਔਰ ਕੁਝ ਚੇਂजेस ਕਰਨੀਆਂ ਨੇ ਤਾਂ ਉਹਨਾਂ ਨੂੰ ਆਪਾਂ ਚੇਂਜ ਕਰ ਸਕਦੇ ਹਾਂਗੇ ਸੋ ਫॉर ਟੂਡੇ I think that you will uh, efficiently do this topic and uh, give me assignments uh, on uh, Saturday. Okay, bye students.